ਅਗਲੀ ਖਬਰ ਵੱਲ ਚਲੀਏ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਫਲੱਡ ਆਏ ਆ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਆਪਣੇ ਬਹੁਤ ਜਗ੍ਹਾ ਦੇ ਉੱਤੇ ਫਲੈਸ਼ ਫਲੱਡ ਹੋਏ ਹੈਗੇ ਆ ਇੱਕ ਪਾਸੇ ਤਾਂ ਵੈਸਟ ਕੋਸਟ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਚੱਲ ਰਹੀ ਆ 110 115 120 ਡਿਗਰੀ ਤੱਕ ਦਾ ਟੈਂਪਰੇਚਰ ਪਹੁੰਚ ਰਿਹਾ ਆ ਫ੍ਰਿਜ਼ਨੋ ਕਾਉਂਟੀ ਦੇ ਵਿੱਚ 110 ਡਿਗਰੀ ਦੇ ਕਰੀਬ ਟੈਂਪਰੇਚਰ ਆ ਡੇਥ ਵੈਲੀ ਚ 130 ਤੱਕ ਪਹੁੰਚਣ ਦੀ ਆਸ ਆ ਸੈਕਰਾਮੈਂਟੋ ਚ 110 ਲਿਵਰਮੋਰ ਚ 10 12 ਡਿਗਰੀ ਟੈਂਪਰੇਚਰ ਤੇ ਦੂਸਰੇ ਪਾਸੇ ਪੈਂਸਿਲਵਾਨੀਆ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆਇਆ ਹੈ ਫਲੈਸ਼ ਫਲੱਡ ਆਇਆ ਹੈ ਕਹਿੰਦੇ ਭਈ 5 ਜਾਨਾਂ ਦੀ ਮੌਤ ਹੋ ਚੁੱਕੀ ਆ ਤੇ ਦੋ ਬੱਚੇ ਹਜੇ ਵੀ ਮਿਸਿੰਗ ਆ ਜਿਨ੍ਹਾਂ ਦੀ ਉਮਰ ਇੱਕ ਦੀ 2 ਸਾਲ ਤੇ ਇੱਕ ਦੀ 9 ਮਹੀਨੇ ਦੱਸੀ ਗਈ ਆ ਕਹਿੰਦੇ ਭਈ ਇਹ ਜੋ ਫੈਮਿਲੀ ਸੀ ਅ ਇੱਕ ਕਾਰ ਦੇ ਵਿੱਚ ਟ੍ਰੈਵਲ ਕਰ ਰਹੀ ਸੀ ਰਾਤ ਨੂੰ ਕੱਲ ਜਿੱਦਾਂ 5:30 ਵਜੇ ਦੇ ਕਰੀਬ ਮੀਂਹ ਇੰਨੇ ਜ਼ੋਰ ਦੇ ਨਾਲ ਪਿਆ ਇੱਕ ਘੰਟੇ ਦੇ ਵਿੱਚ 6 ਤੋਂ 7 ਇੰਚ ਦੇ ਹਿਸਾਬ ਨਾਲ ਜੋ ਮੀਂਹ ਉਹ ਪਿਆ ਹੈਗਾ ਤੇ ਫਲੈਸ਼ ਫਲੱਡ ਆ ਗਿਆ ਉਹਦੇ ਵਿੱਚ ਕਾਰ ਜੋ ਹੜ ਵੀ ਗਈ ਰੈਸਕਿਊ ਟੀਮ ਵਾਲੇ ਆ ਕਈ ਲੋਕਾਂ ਨੂੰ ਉਥੋਂ ਕੱਢ ਵੀ ਰਹੇ ਹੈਗੇ ਆ ਪਰ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਆ 2 ਜਣੇ ਮਿਸਿੰਗ ਆ ਕੈਨਸਲਵਿਨੀਆਂ ਸਟੇਟ ਦੇ ਵਿੱਚ ਜੋ ਉੱਥੇ ਦੀ ਵਕਸ ਕਾਉਂਟੀ ਹੈਗੀ ਆ ਤੇ ਇਸ ਤੋਂ ਬਿਨਾ ਬਰਮੌਟ ਵਾਲਾ ਏਰੀਆ ਆ ਉੱਥੇ ਵੀ ਫਲੈਸ਼ ਫਲੱਡ ਦੀ ਵਾਰਨਿੰਗ ਆ ਕਈ ਜਗ੍ਹਾ ਦੇ ਉੱਤੇ ਜੋ ਫਲੱਡ ਆਇਆ ਨਿਊਯਾਰਕ ਦੇ ਵਿੱਚ ਹਾਰਟਸਨ ਵੈਲੀ ਉੱਥੇ ਇੱਕ 35 ਸਾਲਾਂ ਦੀ ਬੀਬੀ ਦੀ ਮੌਤ ਹੋਈ ਆ ਜੀ ਇਹ ਕਹਿੰਦੇ ਭਈ ਅ ਪਿਛਲੇ ਮਨਤ ਦੇ ਹਿਸਾਬ ਨਾਲ ਦੇਖਿਆ ਜਾਵੇ ਨਾਰਥ ਈਸਟ ਦੇ ਵਿੱਚ 200% ਤੋਂ ਲੈ ਕੇ 300% ਐਵਰੇਜ ਮੰਥਲੀ ਰੇਨਫਾਲ ਹੋਈ ਆ ਤੇ ਪੈਂਸਿਲਵੇਨੀਆ ਦੇ ਵਿੱਚ ਸੈਚਰਡੇ ਨੂੰ ਹਿੱਟ ਕੀਤੀ ਸੀ ਤੇ ਐਤਵਾਰ ਨੂੰ ਨਿਊਯਾਰਕ ਵਾਲੇ ਏਰੀਏ ਨੂੰ ਇਸ ਜੋ ਇਸ ਸਟਾਰਮ ਨੇ ਇਸਨੇ ਹਿੱਟ ਕੀਤਾ ਹੈਗਾ ਨਿਊਯਾਰਕ ਦੇ ਗਵਰਨਰ ਕੈਥੀ ਹਚਲ ਉਹਨਾਂ ਨੇ ਐਡਵਾਈਸ ਕੀਤਾ ਹੈ ਨਿਊਯਾਰਕ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਅਨਨੈਸੈਸਰੀ ਟ੍ਰੈਵਲ ਨਾ ਕਰੋ ਕਈ ਜਗ੍ਹਾ ਦੇ ਉੱਤੇ ਸਕੂਲ ਵੀ ਸ਼ਟਡਾਊਨ ਕੀਤੇ ਗਏ ਹੈਗੇ ਆ ਕਹਿੰਦੇ ਵੀ ਜ਼ਮੀਨ ਸੈਚੂਰੇਟਡ ਆ ਕਿਉਂਕਿ ਮੀਂਹ ਪਿਆ ਹੈ ਪਹਿਲਾਂ ਦਾ ਵੀ ਤੇ ਹੁਣ ਹੋਰ ਜਿਆਦਾ ਮੀਂਹ ਪੈਣ ਦੇ ਨਾਲ ਸਿਚੁਏਸ਼ਨ ਬਹੁਤ ਜਿਆਦਾ ਡੇਂਜਰਸ ਬਣੀ ਹੋਈ ਆ ਜਿਹਦੇ ਨਾਲ ਫਲੈਸ਼ ਫਲੱਡ ਆ ਰਹੇ ਆ ਤੇ ਵਾਰਨਿੰਗ ਦਿੱਤੀ ਜਾ ਰਹੀ ਆ ਤੇ ਕਹਿੰਦੇ ਭਈ ਜੇ ਥੋੜਾ ਜਿਹਾ ਵੀ ਪਾਣੀ ਕਿਤੇ ਹੋਵੇ ਤੇ ਤੁਸੀਂ ਕਿਸੇ ਸੜਕ ਦੇ ਵਿੱਚ ਬਾੜ ਦਿੰਨੇ ਆਪਣੀ ਕਾਰ ਤੇ ਤੁਹਾਡੀ ਜੋ ਕਾਰ ਉਹ ਰੋੜ ਸਕਦੀ ਹੈਗੀ ਕਿਉਂਕਿ ਤੁਹਾਨੂੰ ਪਤਾ ਨਹੀਂ ਵੀ ਕਿੰਨਾ ਘੂਗਾ ਪਾਣੀ ਹੈਗਾ ਕਲਾਈਮੇਟ ਸਾਇੰਟਿਸਟ ਤੇ ਇੱਕ ਪ੍ਰੋਫੈਸਰ ਹੈਗੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਮਾਈਕਲ ਮੈਨ ਉਹਨਾਂ ਨੇ ਦੱਸਿਆ ਭਈ ਜੋ ਕਲਾਈਮੇਟ ਵਾਰਨਿੰਗ ਕਰਕੇ ਇਹ ਸਾਰਾ ਕੁਝ ਇੰਨਾ ਜ਼ਿਆਦਾ ਚੇਂਜ ਹੋ ਰਹੀ ਆ ਸੁਪਰਚਾਰਜਿੰਗ ਹੋ ਰਹੀ ਆ ਨੇਚਰਲ ਵੈਦਰ ਇਵੈਂਟਸ ਦੀ ਇਹ ਆਪਾਂ ਉਹ ਦੇਖਿਆ ਹੀ ਆ ਵੈਸਟ ਕੋਸਟ ਲੈ ਲਓ ਫਲਡਿੰਗ ਲੈ ਲਓ ਹੁਣ ਇਧਰ ਤੇ ਇੰਡੀਆ ਹੋਰ ਮੁਲਕਾਂ ਚ ਇਹ ਸਾਰਾ ਕੁਝ ਚੇਂਜ ਹੋਇਆ ਜਿੱਥੇ ਕਿਤੇ ਤੁਹਾਨੂੰ ਆਸ ਨਹੀਂ ਸੀ ਕੈਲੀਫੋਰਨੀਆ ਡਰਾਉਟ ਸਟੇਟ ਡਿਕਲियर ਕੀਤੀ ਹੋਈ ਸੀ ਕੈਲੀਫੋਰਨੀਆ ਦੇ ਵਿੱਚ ਇੰਨੇ ਜ਼ਿਆਦਾ ਮੀਂਹ ਪਏ ਆ ਪਿਛਲੇ ਸਮੇਂ 'ਚ ਤੇ ਸਾਰੇ ਹੀ ਜੋ ਰਜ਼ਰ ਵਾਇਰ ਦਾ ਉੱਪਰ ਇਹ ਪਏ ਆ ਓਵਰਫਲੋ ਹੋ ਰਹੇ ਹੈਗੇ ਆ ਟਲੈਰੀ ਲੇਕ 100 110 ਸਾਲ ਪਹਿਲਾਂ ਜਿਹੜੀ ਲੇਕ ਹੁੰਦੀ ਸੀ ਮਿਸੀਸੀਪੀ ਤੋਂ ਵਾਟਰਸੈਪ ਤੋਂ ਵੱਡੀ ਲੇਕ ਉਹ ਸੁੱਕ ਚੁੱਕੀ ਸੀ ਜਿੱਦਾ ਬਹੁਤ ਹੀ ਘੱਟ ਪਾਣੀ ਸੀ ਤੇ 100 ਸਕੁਅਰ ਮਾਈਲ ਤੁਸੀਂ ਦੇਖ ਲਓ ਪੇ 100 ਮਾਈਲ ਚਾਰੇ ਪਾਸਿਆਂ ਨੂੰ ਇੰਨਾ ਏਰੀਆ ਪਾਣੀ ਦੇ ਵਿੱਚ ਡੁੱਬ ਚੁੱਕਾ ਆ ਤੇ ਲੋਕਾਂ ਦੇ ਜਿਹੜੇ ਫਾਰਮ ਡੇਰੀਜ਼ ਉਸ ਏਰੀਏ ਦੇ ਵਿੱਚ ਬਹੁਤ ਆ ਉਹ ਸਾਰੀਆਂ ਜਿੱਦਾਂ ਡੁੱਬ ਚੁੱਕੀਆਂ ਬਹੁਤ ਨੁਕਸਾਨ ਹੋਇਆ ਤੇ ਉੱਤੋਂ ਹੁਣ ਇੰਨੀ ਜ਼ਿਆਦਾ ਹੀਟ ਪੈ ਰਹੀ ਆ ਯੋਸਿਮਿਟੀ ਵਾਲਾ ਏਰੀਆ ਆ ਸਨੋ ਬਹੁਤ ਪਈ ਸੀ ਉਹ ਬਹੁਤ ਪਿਗਲ ਰਹੀ ਆ ਸੋ ਸਾਰੇ ਜੇ ਤੁਸੀਂ ਸੈਂਟਰ ਵੈਲੀ ਚ ਜਾਓ ਉੱਥੇ ਦੇ ਦਰਿਆ ਉੱਥੇ ਦੇ ਜਿਹੜੇ ਛੋਟੀਆਂ ਛੋਟੀਆਂ ਨਦੀਆਂ ਆ ਉਹ ਤੁਸੀਂ ਦੇਖੋਗੇ ਸਾਰੀਆਂ ਓਵਰਫਲੋ ਹੋ ਕੇ ਜਾ ਰਹੀਆਂ ਕਿਉਂਕਿ ਜਿਹੜੀ ਸਨੋ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਗਲ ਰਹੀ ਹੈਗੀ ਆ ਨਾਰਥ-ਈਸਟ ਦੇ ਵਿੱਚ ਜੋ ਇਹ ਫਲਡਿੰਗ ਆਈ ਆ ਉਹਦੇ ਨਾਲ 100 ਮਿਲੀਅਨ ਲੋਕ ਪ੍ਰਭਾਵਿਤ ਆ ਤੇ ਉਹਦੇ ਨਾਲ ਬਹੁਤ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਆ ਤੇ ਵੈਸਟ ਕੋਸਟ ਦੇ ਵਿੱਚ ਜਾਂ ਜਿੰਨੀ ਹੀਟ ਆਈ ਉਹਦੇ ਨਾਲ 100 ਮਿਲੀਅਨ ਲੋਕ ਪ੍ਰਭਾਵਿਤ ਹੈਗੇ ਆ ਕੈਲੀਫੋਰਨੀਆ ਦਾ ਜਿਹੜਾ ਨਵਾਡਾ ਦਾ ਬਾਰਡਰ ਹੈਗਾ ਜਿੱਥੇ ਡੈਥ ਵੈਲੀ ਹੈ ਉਹ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ 128 ਤੋਂ ਲੈ ਕੇ 132 33 ਡਿਗਰੀ ਤੱਕ ਟੈਂਪਰੇਚਰ ਇਹ ਜੇ ਸੈਂਟੀਗ੍ਰੇਡ ਚ ਦੱਸਤੇ ਜਾਈਏ 53.3 ਤੋਂ ਲੈ ਕੇ 55 ਡਿਗਰੀ ਟੈਂਪਰੇਚਰ ਤੱਕ ਇਹ ਪਹੁੰਚਣ ਵਾਲੀ ਆਸ ਆ ਇਹ ਬਹੁਤ ਹੀ ਜਿਆਦਾ ਜਿਹੜਾ ਟੈਂਪਰੇਚਰ ਆ 2 ਡਿਗਰੀ ਸ਼ਾਰਟ ਆਫ ਰੈਕੋਰ ਟੈਂਪਰੇਚਰ ਜੋ ਰਿਕਾਰਡ ਕੀਤਾ ਗਿਆ ਸੀ ਸਬ ਸੀ ਲੈਵਲ ਵੈਲੀ ਦੇ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ ਇੰਨਾ ਜਿਆਦਾ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ